व्यक्ति ने बाहर का रास्ता नहीं विखाया, एक व्यक्ति ने जिहड़ा हंकारिया हुआ व्यक्ति आ जिहदे दिमाग नूं हंकार चढ़िया हुआ कि मैं ही कांग्रेस हाँ तो मैं ही कल्ला खेडूं कांग्रेस च, होर कोई रहूगा नहीं। जे हथियारों की गल करते हैं तो भाई तेरे नाल 50 गनमैन की धाड़ आ, डी जी पी ने लिख के दे मैं नहीं रखने गनमैन हथियार वाले, मैं डांगा सोटों वाले गनमैन दे दो। ब्रदर साहब की कहोगे पार्टी ने तुहानू अज जिहड़ा बाहर कढ दिता है, की कारण की रहा जी? पार्टी ने नहीं कढ़िया बाहर, एक व्यक्ति ने कढ़िया बाहर। कहना की है उन्होंने पुछो भी कारण की रहा, क्यों कढ़िया भाई, की सूलां वांगू तेरे क्यों चुभिया? वो मैं तो चैलेंज करदा प्रधान नूं कि मैं 1.5 साल का मेरा कार्यकाल रहा है प्रधानगी का, उस तो बिना भी उस तो पहले तो काम चलो काउंट ही नहीं किया जा सकता क्योंकि मैं कि कुछ जिम्मेवार वो ते सी। तो मैं प्रधानगी वेले मैं कहना मैं ये आपके हल्के की गल करदा, चाहे आ मुक्तसर साहब जिला है उत्थे इहदा आपका निजी हल्का गिदड़वाह विच पैंदा, तो मैं दस दे भी मेरे बराबर किसी ने एजीटेशन किया, मेरे जिन्ना किसी ने कट किया, जां साडे परिवार जिनी कोई वड्डी रैली कर सकदा लोगों की खातर लड़ सकदा, असीं तो उस हल्के तो आने जिथे कांग्रेस का कोई नाम लैके राजी नहीं सी। उस जगह मेरे पिता ने कांग्रेस का झंडा बुलंद किया है, कांग्रेस ज्यौंदी रखी हुई है, खड़ी की हुई है, दो बार उतों MLA बन के बाघे भैने तो। सो ये चीज़ा का इनू जवाब तुम मंगो तो भी क्यों भाई की गल है। ਬ੍ਰਦਰ ਸਾਹਿਬ ਕਿਹੜੀਆਂ ਗਤੀਵਿਧੀਆਂ ਵਿਰੋਧੀ ਪਾਰਟੀ ਵਿਰੋਧੀ ਜਿਹੜੀਆਂ ਕੀਤੀਆਂ ਗਈਆਂ ਤੁਹਾਡੇ ਵੱਲੋਂ, ਜਿਹੜਾ ਪਾਰਟੀ ਨੇ ਬਾਹਰ ਦਾ ਰਸਤਾ ਵਿਖਾਇਆ, ਇਹੋ ਜਿਹੀਆਂ ਕਿਹੜੀਆਂ ਗਤੀਵਿਧੀਆਂ? ਪਾਰਟੀ ਨੇ ਬਾਹਰ ਦਾ ਰਸਤਾ ਨਹੀਂ ਵਿਖਾਇਆ, ਇੱਕ ਵਿਅਕਤੀ ਨੇ ਜਿਹੜਾ ਹੰਕਾਰਿਆ ਹੋਇਆ ਵਿਅਕਤੀ ਆ ਜਿਹਦੇ ਦਿਮਾਗ ਨੂੰ ਹੰਕਾਰ ਚੜਿਆ ਹੋਇਆ ਕਿ ਮੈਂ ਹੀ ਕਾਂਗਰਸ ਹਾਂ ਤੇ ਮੈਂ ਹੀ ਇਕੱਲਾ ਖੇਡੂੰ ਕਾਂਗਰਸ 'ਚ, ਹੋਰ ਕੋਈ ਰਹੂਗਾ ਨਹੀਂ, ਇਹ ਉਹਦਾ ਕੰਮ ਆ, ਉਹਦਾ ਕੀਤਾ ਹੋਇਆ ਕਾਰ ਹੈ। ਸਿੱਧੇ ਤੌਰ 'ਤੇ ਕੌਣ ਹੋਵੇ? ਰਾਜਾ ਵੜਿੰਗਾ, ਹੋਰ ਕੌਣ, ਤੁਹਾਨੂੰ ਨਹੀਂ ਪਤਾ ਕੌਣ? ਬ੍ਰਦਰ ਸਾਹਿਬ ਰਾਜਾ ਵਿੰਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਮਲਜੀਤ ਬਰਾੜ ਨੇ ਕਮਲਜੀਤ ਬਰਾੜ ਹੋਏ ਹਥਿਆਰਾਂ ਨੂੰ ਜਿਹੜੇ ਪ੍ਰਮੋਟ ਕਰ ਰਹੇ ਸੀ, ਜਿਸ ਨੂੰ ਲੈ ਕੇ ਪਾਰਟੀ ਤੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ। ਹੁਣ ਇੱਕ ਮਿੰਟ ਮੇਰੇ ਸਾਰੇ ਜਣੇ ਜਵਾਬ ਸੁਣ ਲਿਓ, ਹੁਣ ਵਿੱਚ ਨਾ ਬੋਲਿਓ। ਹਥਿਆਰਾਂ ਦੀ ਗੱਲ ਜੇ ਆਈ ਹੈ ਤਾਂ ਫੌਜ ਕੋਲ ਹਥਿਆਰ ਆ, ਬਾਰਡਰਾਂ 'ਤੇ ਬੈਠੀ ਹੈ ਫੌਜ, ਪੁਲਿਸ ਕੋਲ ਹਥਿਆਰ ਆ। ਅਤੇ ਜੇ ਹਥਿਆਰਾਂ ਦੀ ਗੱਲ ਕਰਦੇ ਹਾਂ ਤਾਂ ਭਾਈ ਤੇਰੇ ਨਾਲ 50 ਗਨਮੈਨਾਂ ਦੀ ਧਾੜ ਆ, ਡੀ ਜੀ ਪੀ ਨੂੰ ਲਿਖ ਕੇ ਦੇ ਮੈਂ ਨਹੀਂ ਰੱਖਣੇ ਗਨਮੈਨ ਹਥਿਆਰਾਂ ਵਾਲੇ, ਮੈਨੂੰ ਡਾਂਗਾ ਸੋਟਾਂ ਵਾਲੇ ਗਨਮੈਨ ਦੇ ਦਿਓ, ਫਿਰ ਦੇਖੋ ਵੀ ਬੋਲਣ ਦੀ ਆਜ਼ਾਦੀ ਹੈ ਨਹੀਂ ਕਿਸੇ ਨੂੰ ਇੱਥੇ। ਤੁਸੀਂ ਆਪ ਤਾਂ ਵਿਰੋਧੀਆਂ ਦੀ ਗੱਲ ਕਰਦੇ ਹੋ, ਤੁਸੀਂ ਭਾਜਪਾ ਦੇ ਖਿਲਾਫ਼ ਕਹਿੰਦੇ ਹੋ ਕਿ ਭਾਜਪਾ ਬੋਲਣ ਨਹੀਂ ਦੇ ਰਹੀ ਮੁਲਕ ਦੇ ਵਿੱਚ, ਪੱਤਰਕਾਰਾਂ ਨੂੰ ਨਹੀਂ ਬੋਲਣ ਦੇ ਰਹੀ, ਭਾਜਪਾ ਆਮ ਲੋਕਾਂ ਦੀ ਬੋਲੀ ਬੰਦ ਕਰ ਰਹੀ ਹੈ, ਪਰਚੇ ਕਰਾਉਂਦੀ ਹੈ, ਅਤੇ ਤੁਹਾਡਾ ਅਤੇ ਉਹਦਾ ਕੀ ਫਰਕ ਆ? ਫਰਕ ਤਾਂ ਕੋਈ ਨਹੀਂ ਰਹਿ ਗਿਆ ਤੁਹਾਡਾ ਅਤੇ ਉਹਦਾ, ਤੁਸੀਂ ਕਿਉਂ ਬੋਲਣ ਦੀ ਆਜ਼ਾਦੀ ਸਭ ਨੂੰ ਆ, ਸਭ ਬੋਲਦੇ ਆ, ਤੂੰ ਕਿੰਨਾ ਕੁਛ ਬੋਲਦਾ ਰਿਹਾ ਪਹਿਲਾਂ ਦੂਜੀਆਂ ਸਰਕਾਰਾਂ ਦੇ ਖਿਲਾਫ਼? ਹਾਈਕਮਾਂਡ ਨਾਲ ਗੱਲ ਕਰਕੇ ਦੱਸਾਂਗੇ ਹਾਈਕਮਾਂਡ ਨੂੰ ਕਿ ਇਹ ਕਿਸ ਕਦਰ ਪੰਜਾਬ ਦੇ ਵਿੱਚ ਕਾਂਗਰਸ ਨੂੰ ਕਮਜ਼ੋਰ ਕਰਨ ਲੱਗਿਆ ਹੋਇਆ, ਕਿਸ ਕਦਰ ਇਹ ਬੰਦਾ ਹਿੰਦੂਆਂ ਅਤੇ ਸਿੱਖਾਂ 'ਚ ਨਫ਼ਰਤ ਪੈਦਾ ਕਰ ਰਿਹਾ ਹੈ। ਕਾਂਗਰਸ ਸੈਕੂਲਰ ਜਮਾਤ ਆ, ਕਾਂਗਰਸ ਧਰਮ ਨਿਰਪੱਖ ਪਾਰਟੀ ਆ, ਕਾਂਗਰਸ ਨੇ ਕਦੇ ਵੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਜਾਂ ਇੱਕ ਧਰਮ ਜਾਤੀ ਦੀ ਗੱਲ ਨਹੀਂ ਕੀਤੀ, ਕਾਂਗਰਸ ਸਭ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ। ਔਰ ਇਹ ਵਿਅਕਤੀ ਸਿਰਫ ਇਸ ਗੱਲ ਕਰਕੇ ਇਤਰਾਜ਼ ਕਰ ਰਿਹਾ ਹੈ ਕਿ ਮੈਂ ਕੇਸਰੀ ਝੰਡਾ ਚੱਕਿਆ, ਮੈਂ ਅੰਮ੍ਰਿਤਪਾਲ ਸਿੰਘ ਦਾ ਸਾਥ ਦਿੰਦਾ ਹੈ। ਸੋ ਮੈਨੂੰ ਪਰਵਾਹ ਨਹੀਂ ਇਹਨਾਂ ਦੀ, ਇਹਨੂੰ ਪਾਰਟੀ 'ਚੋਂ ਅਸੀਂ ਕਢਾਵਾਂਗੇ, ਇਹਨੂੰ ਬਾਹਰ ਦਾ ਰਸਤਾ ਅਸੀਂ ਦਿਖਾਵਾਂਗੇ ਕਾਂਗਰਸ 'ਚੋਂ। ਇਹ ਕਾਂਗਰਸ ਹੀ ਥੋੜ੍ਹੀ ਆ, ਕਾਂਗਰਸ ਤਾਂ ਸੋਚ ਹੀ ਨਹੀਂ ਇਹੋ ਜਿਹੀ ਕੱਟੜਤਾ ਵਾਲੀ, ਇਹ ਤਾਂ ਭਾਜਪਾ ਵਾਲੇ ਜਨਸੰਘੀ ਕੱਟੜ ਆ ਜਾਂ ਆ ਬੌਕਰ ਵਾਲੇ ਕੱਟੜ ਆ, ਇਹ ਤਾਂ ਕਾਂਗਰਸ ਦਾ ਤਾਂ ਇਹ ਰਸਤਾ ਹੀ ਨਹੀਂ, ਕਾਂਗਰਸ ਦੀ ਸੋਚ ਹੀ ਆਈਡੀਓਲੋਜੀ ਹੈ ਨਹੀਂ ਇਹ ਕਾਂਗਰਸ। Subscribe to One India channel and never miss an update.